ਜਲੰਧਰ ਦਿਹਾਤ ਪੁਲਿਸ ਨੇ ਥਾਣਾ ਆਦਮਪੁਰ ਦੀ ਪੁਲਿਸ ਨੇ 4 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 5 ਪਿਸਤੌਲ, 12 ਜ਼ਿੰਦਾ ਕਾਰਤੂਸ, 980 ਨਸ਼ੀਲੀਆਂ ਗੋਲੀਆਂ ਅਤੇ ਇੱਕ ਬਿਨਾਂ ਨੰਬਰ ਦੇ ਮੋਟਰਸਾਈਕਲ ਬਰਾਮਦ ਕੀਤਾ ਹੈ। SSP ਦਿਹਾਤੀ ਨਵਜੋਤ ਸਿੰਘ ਮਾਲ ਨੇ ਇਸ ਮੌਕੇ ਤੇ ਕਿਹਾ, ਅੜੇ ਇਨਸਲਾ ਦੇ ਖਿਲਾਫ ਜੋ ਕਾਰਵਾਈ ਪਹਿਲਾਂ ਹੀ ਜਲੰਧਰ ਰੂਰਲ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ, ਇੱਕ ਸਪੈਸ਼ਲ ਕੰਪੇਨ ਅਸੀਂ ਇੱਥੇ ਚਲਾਈ ਹੈ ਜਿਸ ਦੇ ਵਿੱਚ ਜਲੰਧਰ ਰੂਰਲ ਪੁਲਿਸ ਨੂੰ ਕੱਲ੍ਹ ਵੱਡੀ ਸਫਲਤਾ ਮਿਲੀ। ਜਦੋਂ ਇੱਕ ਸਪੈਸ਼ਲ ਟੀਮ ਅਸੀਂ ਗਠਿਤ ਕੀਤੀ ਹੋਈ ਸੀ ਜਿਸ ਨੂੰ ਲੀਡ ਕਰ ਰਹੇ ਸੀ ਸਾਡੇ SP ਹੈੱਡਕੁਆਰਟਰ ਰਵਿੰਦਰ, SPD ਸਾਡੇ ਸਰਬਜੀਤ, ASP ਸਾਹਿਬ ਅਤੇ DSP ਰਣਜੀਤ, ਅਤੇ ਇਹਨਾਂ ਦੇ ਨਾਲ ਆਦਮਪੁਰ ਦੇ SHO ਸੀ ਜਰਨੈਲ ਸਿੰਘ। ਇਹਨਾਂ ਨੇ ਨਾਕਾਬੰਦੀ ਦੌਰਾਨ ਦੋ ਮੁੰਡੇ ਜਿਨ੍ਹਾਂ ਦਾ ਨਾਮ ਸੰਜੀਵ ਅਤੇ ਵਿਜੇ ਹੈ, ਉਹਨਾਂ ਨੂੰ ਜਦੋਂ ਰੋਕਿਆ ਅਤੇ ਉਹਨਾਂ ਦੀ ਡੱਬ ਦੇ ਵਿੱਚੋਂ ਇੱਕ ਦੇ ਕੋਲੋਂ 32 ਬੋਲ ਦਾ ਪਿਸਟਲ ਅਤੇ ਇੱਕ ਦੇ ਕੋਲੋਂ 12 ਬੋਲ ਦਾ ਪਿਸਟਲ ਮਿਲਿਆ। ਜਦੋਂ ਇਹਨਾਂ ਨੇ ਡੂੰਘਾਈ ਨਾਲ ਉਸ ਦੀ ਪੁੱਛਗਿੱਛ ਕੀਤੀ ਅਤੇ ਉਹਨੇ ਇੱਕ 12 ਬੋਲ ਦੀ ਗਨ ਰਿਕਵਰ ਕਰਵਾਈ ਅਤੇ ਨਾਲ ਹੀ ਉਹਨੇ ਦੋ ਬੰਦਿਆਂ ਹੋਰ ਦਾ ਨਾਮ ਦੱਸਿਆ ਸੀਗਾ ਜਿਸ ਦੇ ਵਿੱਚ ਵਿਜੇ ਕੁਮਾਰ ਅਤੇ ਸੂਰਜ ਸਿੰਘ ਦਾ ਨਾਂ ਸੀਗਾ। ਇਹਨਾਂ ਦੋਵਾਂ ਨੂੰ ਵੀ ਰੇਡ ਕਰਕੇ ਅਰੈਸਟ ਕੀਤਾ ਗਿਆ, ਇਹਨਾਂ ਕੋਲੋਂ ਵੀ ਪਿਸਟਲ ਮਿਲੇ ਨੇ। ਜੋ ਟੋਟਲ ਰਿਕਵਰੀ ਜਲੰਧਰ ਰੂਰਲ ਪੁਲਿਸ ਵੱਲੋਂ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ 4 ਪਿਸਟਲ ਰਿਵੋਲਵਰ ਅਤੇ 1 12 ਬੋਰ ਦੀ ਗਨ, 11 ਕਾਰਤੂਸ। ਇਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਮੰਨਿਆ ਕਿ ਇੱਕ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਕਰਤਾਰਪੁਰ ਦੇ ਵਿੱਚ ਤਕਰੀਬਨ 1 ਮਹੀਨਾ ਪਹਿਲਾਂ, ਜਿੱਥੇ ਇਹਨਾਂ 1 ਲੱਖ ਰੁਪਈਆ ਇੱਕ ਫਾਈਨੈਂਸ ਕੰਪਨੀ ਦੇ ਕਰਿੰਦੇ ਕੋਲੋਂ ਖੋਇਆ ਸੀ। ਉਸ ਟਾਈਮ ਵੀ ਇਹਨਾਂ ਨੇ ਉਸ 'ਤੇ ਫਾਇਰ ਕਰਕੇ ਉੱਤੇ ਗੋਲੀ ਚਲਾ ਕੇ ਉਹ ਪੈਸੇ ਖੋਏ ਸੀ। ਉਹ ਕਿਸਮਤ ਅੱਛੀ ਸੀ ਕਿ ਉਹ ਬੱਚਾ ਬਚ ਗਿਆ। ਇਸੇ ਤਰੀਕੇ ਨਾਲ ਤਕਰੀਬਨ 1.5 ਮਹੀਨਾ ਪਹਿਲਾਂ ਇਹਨਾਂ ਦੀ ਇਨਫੋਰਮੇਸ਼ਨ ਮਿਲ ਗਈ ਸੀ ਸੰਜੀਵ ਦੀ ਅਤੇ ਵਿਜੇ ਦੀ, ਅਤੇ ਸਾਡੀ ਲੋਕਲ ਪੁਲਿਸ ਨੇ ਇਹਨਾਂ ਦੀ ਘੇਰਾਬੰਦੀ ਕੀਤੀ ਸੀ, ਬਟ ਇਹ ਉੱਥੋਂ ਆਪਣੀ ਗੱਡੀ ਹੋਂਡਾ ਸਿਟੀ ਛੱਡ ਕੇ ਦੌੜਨ ਦੇ ਵਿੱਚ ਫਰਾਰ ਕਾਮਯਾਬ ਹੋ ਗਏ ਸੀ। ਉਸ ਗੱਡੀ ਵਿੱਚੋਂ ਵੀ ਇੱਕ ਪਿਸਟਲ ਮਿਲਿਆ ਸੀਗਾ ਜਿਸ ਸੰਬੰਧ ਦੇ ਵਿੱਚ ਵੀ ਆਲਰੇਡੀ ਕਰਤਾਰਪੁਰ ਦੇ ਵਿੱਚ ਅਸੀਂ ਪਰਚਾ ਰਜਿਸਟਰ ਕੀਤਾ, ਅਤੇ ਇਹਨਾਂ ਦੀ ਹੁਣ ਅਸੀਂ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਪੁੱਛਗਿੱਛ ਕਰਾਂਗੇ। ਐਂਡ ਜੋ ਵੀ ਕੋਈ ਗੱਲ ਹੋਰ ਵਾਰਦਾਤਾਂ ਇਹਨਾਂ ਨੇ ਕੀਤੀਆਂ ਉਹ ਤੁਹਾਨੂੰ ਡਿਸਕਸ ਕਰਾਂ। ਸਰ, ਇਹਨਾਂ ਨੇ ਕੋਈ ਹੋਰ ਵਾਰਦਾਤ ਕਰਨੀ ਸੀ ਜਿਹੜੀ ਇਕੱਠੇ ਹੋਏ? ਇਹਨਾਂ 'ਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੇ ਸੰਜੀਵ ਅਤੇ ਵਿਜੇ ਨੇ ਇਹਨਾਂ ਦੇ ਖਿਲਾਫ਼, ਇੱਕ ਦੇ ਖਿਲਾਫ਼ ਤਕਰੀਬਨ 3 ਪਰਚੇ ਪਹਿਲਾਂ ਹੀ ਰਜਿਸਟਰਡ ਹੈ ਐਂਡ ਦੂਸਰੇ ਦੇ ਖਿਲਾਫ਼ 5 ਪਰਚੇ ਰਜਿਸਟਰਡ ਹੈ। ਇਹ ਸਾਰਿਆਂ ਦੇ ਵਿੱਚ ਹੀ ਇਹ PO ਨੇ, ਇਹਨਾਂ ਦੀ ਅਰੈਸਟ ਨਹੀਂ ਉਹਨਾਂ 'ਚ ਪਈ। ਅਤੇ ਇਹ ਗੱਲ ਸਾਹਮਣੇ, ਹਾਂਜੀ, ਸਾਰੇ ਇਕੱਠੇ ਫੜੇ? ਨਹੀਂ, ਪਹਿਲਾਂ 2 ਫੜੇ ਹੈ ਸੰਜੀਵ ਅਤੇ ਵਿਜੇ, ਫਿਰ ਇਹਨਾਂ ਦੀ ਜਦੋਂ ਅਸੀਂ ਪੁੱਛਗਿੱਛ ਕੀਤੀ ਹੈ ਇਹਨਾਂ ਨੇ ਇੱਕ 12 ਬੋਰ ਗਨ ਰਿਕਵਰ ਕਰਾਈ ਅਤੇ ਨਾਲੇ ਜਿਹੜੇ ਦੂਸਰੇ 2 ਨੇ ਉਹਨਾਂ ਬਾਰੇ ਦੱਸਿਆ ਜੋ ਉਹਨਾਂ 'ਤੇ ਰੇਡ ਕੀਤੀ ਗਈ ਸੀ, ਅਤੇ ਉਹ ਦੋਵੇਂ ਵੀ ਸਫਲਤਾ ਮਿਲੀ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ, ਅਤੇ ਨਾਲ ਹੀ ਉਹਨਾਂ ਕੋਲੋਂ 2 ਵੈਪਨ ਵੀ। ਸਰ, ਹੁਣ ਕੋਈ ਵਾਰਦਾਤ ਕਰਨੀ ਸੀ ਕਿਹੜਾ? ਇਹ ਹੁਣ ਇਹ 4 ਪਿਸਤੌਲ ਅਤੇ ਇੱਕ ਬੰਦੂਕ ਲੈ ਕੇ ਜਿਹੜੇ ਬੈਠੇ ਸੀਗੇ, ਡੈਫੀਨੇਟਲੀ ਇਹਨਾਂ ਨੇ ਕੋਈ ਸਲਾਹ ਕਰਨੀ ਸੀ ਕਿ ਅਗਲਾ ਇਹਨਾਂ ਨਿਸ਼ਾਨਾ ਕਿਹਨੂੰ ਬਣਾਉਣਾ, ਕਿਉਂਕਿ ਲੁੱਟਾਂ ਖੋਹਾਂ ਆਲਰੇਡੀ ਇਹਨਾਂ ਨੇ ਪਹਿਲਾਂ ਵੀ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਅਸੀਂ 2 ਟਰੇਸ ਕਰ ਲਈਆਂ। ਬਾਕੀ ਇਹਨਾਂ ਦਾ ਹੁਣ ਰਿਮਾਂਡ ਲਿਆ ਜਾ ਰਿਹਾ, ਉਹ ਲੈ ਕੇ ਇਹਨਾਂ ਦੀ ਪੁੱਛਗਿੱਛ ਕੀਤੀ। ਅਸਲੇ ਲਾਇਸੈਂਸੀ ਹੈ ਜਾਂ ਬਗੈਰ ਲਾਇਸੈਂਸੀ? ਨਹੀਂ, ਬਿਲਕੁਲ ਗੈਰ ਲਾਇਸੈਂਸੀ ਨੇ ਬ੍ਰਦਰ। ਅਤੇ ਇੱਕ 32 ਬੋਰ ਦਾ ਪਿਸਟਲ ਹੈ, ਇੱਕ 32 ਬੋਰ ਦਾ ਰਿਵੋਲਵਰ ਹੈ, ਇੱਕ 12 ਬੋਰ ਦੀ ਗਨ ਹੈ। ਇਸੇ ਤਰੀਕੇ ਨਾਲ 2 ਇਹਨਾਂ ਨੇ 12 ਬੋਰ ਦੇ ਕੱਟੇ, ਜਿਨ੍ਹਾਂ ਨੂੰ ਆਪਾਂ ਕਹੀਦਾ ਦੇਸੀ, ਉਹ ਵੀ ਰੱਖੇ ਹੋਏ ਨੇ।